DC ਨਾਈਟ ਵਿਦ ਪੌਲ ਬਾਰਟ ਦੇ ਸਾਰੇ ਵਿਊਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਪੌਲ ਬਾਰਟ ਇੱਕ ਵਾਰ ਫਿਰ ਵਾਸ਼ਿੰਗਟਨ DC ਅਮੈਰੀਕਾ ਦੀ ਰਾਜਧਾਨੀ ਤੋਂ ਤੁਹਾਡੇ ਰੂਬਰੂ ਹੋਇਆ ਜੀ ਅੱਜ ਦਾ ਆਪਣਾ ਇਹ ਅਗਲਾ ਐਪੀਸੋਡ ਲੈ ਕੇ। ਇਸ ਤੋਂ ਪਹਿਲਾਂ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂ, ਇੱਕ ਬਹੁਤ ਹੀ ਦੁੱਖ ਭਰੀ ਘਟਨਾ ਜੋ ਮੈਂ ਆਪ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਸਾਡੇ ਸੀਨੀਅਰ ਜਰਨਲਿਸਟ ਸਰਦਾਰ ਕਮਰ ਸਿੰਘ ਸੰਧੂ, ਜੋ ਅੱਜ ਕੱਲ੍ਹ ਆਮ ਪਾਰਟੀ ਦੇ ਸੀਨੀਅਰ ਲੀਡਰ ਨੇ, ਉਸ ਪੂਰੇ ਪਰਿਵਾਰ ਨੂੰ ਇੱਕ ਅਸਹਿ ਸਦਮਾ ਪਹੁੰਚਿਆ ਕਿ ਉਹਨਾਂ ਦਾ ਬੇਟਾ 35 ਈਅਰਸ ਓਲਡ ਕਰਨ ਸੰਧੂ ਦੀ ਰੀਸੈਂਟਲੀ ਡੈਥ ਹੋਈ ਹੈ। ਔਰ ਅਸੀਂ ਸਮਝਦੇ ਹਾਂ ਕਿ ਉਹ ਪਰਿਵਾਰ ਕਿਸ ਤਰ੍ਹਾਂ ਇਸ ਦੁੱਖ ਦੀ ਘੜੀ 'ਚੋਂ ਗੁਜ਼ਰ ਰਿਹਾ। ਸਾਡੀ ਪੂਰੀ ਮਾਈ ਵਰਲਡ ਵੈੱਬ TV ਦੀ ਟੀਮ ਵੱਲੋਂ ਆਈ ਲਾਈਕ ਟੂ ਕਨਵੇ ਮਾਈ ਡੀਪੈਸਟ ਕੰਡੋਲਸਿਸ ਟੂ ਦ ਫੈਮਲੀ ਐਂਡ ਆਈ ਲਾਈਕ ਦੈਮ ਟੂ ਨੋ ਦੈਟ ਦੇ ਆਰ ਇਨ ਆਰ ਪ੍ਰੇਅਰਸ ਐਂਡ ਥੋਟਸ। ਉਮੀਦ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਇਸ ਅਸਹਿ ਘੜੀ ਨੂੰ ਸਹਿਣ ਦਾ ਬਲ ਬਖਸ਼ੇਗਾ ਜੀ। ਇੰਨੀ ਖਬਰ ਸਾਂਝਾ ਕਰਦਾ ਹੋਇਆ ਮੈਂ ਆਪਣੀ ਇਸ ਕੁਰਸੀ 'ਤੇ ਬੈਠੇ ਫਰਜ਼ ਨੂੰ ਅੱਗੇ ਤੁਰਦਾ ਹੋਇਆ ਅੱਜ ਦਾ ਪ੍ਰੋਗਰਾਮ ਤੁਹਾਡੀ ਇਜਾਜ਼ਤ ਨਾਲ ਵਧਾਉਣ ਦੀ ਆਗਿਆ ਚਾਹੁੰਦਾ। ਸਾਡੀ ਪੰਜਾਬੀ ਕਮਿਊਨਿਟੀ ਇਸ ਗੱਲ ਨੂੰ ਬੜੀ ਉੱਚੀ ਇੱਕ ਦੂਜੇ ਨਾਲ ਸਾਂਝੀ ਕਰਦੀ ਹੈ ਕਿ ਸਾਨੂੰ ਸਾਡੀ ਅਗਲੀ ਜਨਰੇਸ਼ਨ ਜਿਹੜੀ ਹੈ, ਸਾਡਾ ਯੂਥ ਹੈ, ਵੀ ਸ਼ੁੱਡ ਬ੍ਰਿੰਗ ਦੈਮ ਟੂ ਦ ਫੋਰ ਫਰੰਟ। ਅਸੀਂ ਗੱਲਾਂ ਤਾਂ ਬਹੁਤ ਕਰਦੇ ਹਾਂ ਲੇਕਿਨ ਹਕੀਕਤ ਦੇ ਵਿੱਚ ਨਜ਼ਰ ਨਹੀਂ ਆਉਂਦਾ। ਪਰ ਸਾਡਾ ਉਪਰਾਲਾ ਸਾਰੀ ਟੀਮ ਦਾ ਕਿ ਜੋ ਅਸੀਂ ਕਹਿੰਦੇ ਹਾਂ ਅਸੀਂ ਉਹਦੇ 'ਤੇ ਪੂਰਾ ਉਤਰੀਏ। ਸੋ ਵੀ ਨੋਟ ਓਨਲੀ ਟੋਕ ਦ ਟੋਕ ਬਟ ਵੀ ਵਾਕ ਦ ਵਾਕ। ਇਸ ਕਰਕੇ ਮੈਂ ਦੋ ਯੰਗ ਗੈਸਟ ਲੈ ਕੇ ਤੁਹਾਡੇ ਰੂਬਰੂ ਹੋਇਆ ਔਰ ਤੁਹਾਡੀ ਇਜਾਜ਼ਤ ਨਾਲ ਦੋਨਾਂ ਨੂੰ ਜੀਆਂ ਆਖਦਾ ਔਰ ਚਾਹਾਂਗਾ ਕਿ ਬੜੇ ਸੰਖੇਪ ਸ਼ਬਦਾਂ ਦੇ ਨਾਲ ਉਹ ਆਪਣਾ ਪਰਿਚੇ ਤੁਹਾਡੇ ਨਾਲ ਕਰਾਉਣ। ਸਭ ਤੋਂ ਪਹਿਲਾਂ ਬੇਟਾ ਤੁਸੀਂ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਦਲਜੀਤ ਕੌਰ ਬੀਸਲਾ ਅਤੇ ਮੈਂ ਬੇਸਿਕਲੀ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਇੱਥੇ ਮੈਰੀਲੈਂਡ 'ਚ ਪਿਛਲੇ 4 ਸਾਲਾਂ ਤੋਂ ਰਹਿ ਰਹੀ ਹਾਂ। ਅਤੇ ਮੈਂ ਸਾਰਿਆਂ ਨੂੰ ਇਹੋ ਹੀ ਮਤਲਬ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਅੱਗੇ ਆਉਣ ਦਿਓ ਅਤੇ ਲੈਟ ਦੈਮ ਪਾਰਟੀਸੀਪੇਟ ਇਨ ਪੋਲੀਟਿਕਸ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈ ਸਚਲੀਨ ਮਾਨ ਅਤੇ ਮੈਂ ਪਿੱਛੋਂ ਪੰਜਾਬ ਤੋਂ ਅੰਮ੍ਰਿਤਸਰ ਤੋਂ ਹਾਂ ਅਤੇ ਇੱਥੇ ਮੈਂ ਸ਼ੈਂਟਲੀ ਵਰਜੀਨੀਆ ਦੇ ਵਿੱਚ ਰਹਿ ਰਿਹਾ ਹਾਂ। ਲਾਈਕ 1.5 ਸਾਲ ਹੀ ਹੋਇਆ ਜੇ ਮੈਨੂੰ ਇੱਥੇ ਆਇਆ ਨੂੰ ਅਤੇ ਇੱਥੇ ਮੈਂ IT ਸਟਰੀਮ ਦੇ ਵਿੱਚ ਜੋਬ ਕਰ ਰਿਹਾ ਹਾਂ। ਅਤੇ ਲਾਈਕ ਕਿ ਮੈਂ ਸਾਰਿਆਂ ਨੂੰ ਆਹੀ ਕਹਿਣਾ ਚਾਹੁੰਦਾ ਵਾਂ ਕਿ ਜਿੱਦਾਂ ਤੁਸੀਂ ਬੱਚਿਆਂ ਨੂੰ ਅੱਗੇ ਆਉਣ ਨਹੀਂ ਦਿਓਗੇ ਤਾਂ ਲਾਈਕ ਯੂਥ ਕਿੱਦਾਂ ਅੱਗੇ ਵਧੇਗਾ। ਸੋ ਸਾਰਿਆਂ ਨੂੰ ਆਪ ਇੱਕ ਇੱਕ ਚਾਂਸ ਦੇਣਾ ਚਾਹੀਦਾ ਵਾ ਹਰ ਇੱਕ ਬੰਦੇ ਨੂੰ ਕਿ ਆਪਣਾ ਅੱਗੇ ਵਿਊਜ਼ ਸਾਂਝੇ ਕਰੋ ਸਾਰਿਆਂ ਦੇ ਨਾਲ। ਸਚਲੀਨ ਜੀ ਔਰ ਬੇਟਾ ਦਲਜੀਤ ਤੁਹਾਨੂੰ ਸਿਮ ਕਹਿੰਦੇ ਨੇ। ਸੋ ਸਿਮ ਜੀ, ਜੀ ਆਇਆਂ ਨੂੰ ਤੁਹਾਡੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਮੈਨੂੰ ਖੁਸ਼ੀ ਹੈ ਕਿ ਸਾਡੀ ਅਗਲੀ ਜਨਰੇਸ਼ਨ ਦੇ ਦੋ ਨੁਮਾਇੰਦੇ ਅੱਜ ਇਸ ਪ੍ਰੋਗਰਾਮ 'ਤੇ ਹਾਜ਼ਰ ਹੋਏ ਨੇ। ਅਸੀਂ ਪ੍ਰਦੇਸ਼ਾਂ 'ਚ ਬੈਠੇ, ਆਪਣੀ ਪੰਜਾਬ ਦੀ ਧਰਤੀ ਤੋਂ ਦੂਰ ਬੈਠੇ, ਕਈ ਵਾਰੀ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਔਰ ਜਦੋਂ ਪੰਜਾਬ ਜਾਈਦਾ, ਖਾਸ ਕਰਕੇ ਜਦੋਂ ਉੱਥੇ ਦੀ ਰਾਜਨੀਤੀ ਦੇ ਵਿੱਚ ਅਸੀਂ ਹਿੱਸਾ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਇੱਕ ਆਮ ਸਵਾਲ ਮਿਲਦਾ ਕਿ ਤੁਸੀਂ ਅਮਰੀਕਾ ਕੈਨੇਡਾ 'ਚ ਬੈਠੇ, ਤੁਸੀਂ ਆਪਣੇ ਦੇਸ਼ 'ਤੇ ਫਿਕਰ ਕਰੋ ਅਤੇ ਤੁਸੀਂ ਸਾਡੇ ਨਾਲ ਦੂਰ ਦੇਸ਼ਾਂ ਦੇ ਵਿੱਚੋਂ ਕਿਉਂ ਪੰਗੇ ਲੈਂਦੇ ਹੋ। ਮਤਲਬ ਪੰਗਾ ਜਾਣ ਕੇ ਵਰਤਿਆ ਕਿਉਂਕਿ ਉਹ ਠੇਠ ਕਰਦੇ ਨੇ ਸਾਨੂੰ। ਸੋ ਮੈਂ ਤੁਹਾਡੇ ਦੋਨਾਂ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਥੇ ਬੈਠੇ ਹੋਏ, ਜਿਹੜੀ ਰੀਸੈਂਟਲੀ ਇਲੈਕਸ਼ਨ ਹੋਈ ਹੈ 2017 ਦੀ, ਉਹਦੇ ਵਿੱਚ ਉਹਦੇ ਨਾਲ ਕਿੰਨਾ ਕੁ ਜੁੜੇ ਹੋ ਔਰ ਕਿਉਂ ਜੁੜੇ ਹੋ? ਮੈਂ ਆਮ ਆਦਮੀ ਪਾਰਟੀ ਦੀ ਵਲੰਟੀਅਰ ਹਾਂ ਮੈਂ ਅਤੇ ਇਹ ਆਮ ਆਦਮੀ ਪਾਰਟੀ ਜਦੋਂ ਦਿੱਲੀ ਤੋਂ ਸ਼ੁਰੂ ਹੋਈ ਸੀ ਉਦੋਂ ਤੋਂ ਹੀ ਮੈਂ ਇਹਦੇ ਨਾਲ ਅਟੈਚ ਹੋਈ ਕਿਉਂਕਿ ਸਾਨੂੰ ਲੱਗਿਆ ਕਿ 1947 ਤੋਂ ਬਾਅਦ ਦੋ ਪਾਰਟੀਆਂ, ਅਕਾਲੀ ਕਾਂਗਰਸ, ਉਹ ਲਗਾਤਾਰ ਮਤਲਬ ਇੱਕ ਬਾਰੀ ਵੱਟਾ ਬੰਨਿਆ ਹੋਇਆ ਸੀ, 5 ਸਾਲ ਤੂੰ 5 ਸਾਲ ਮੈਂ, ਅਤੇ ਅਸੀਂ ਚਾਹੁੰਦੇ ਹਾਂ ਕਿ ਥੋੜ੍ਹਾ ਕੁਛ ਡਿਫਰੈਂਟ ਕੁਛ ਆਇਆ ਆ, ਕੋਈ ਨਵੀਂ ਸਾਨੂੰ ਉਮੀਦ ਜਾਗੀ ਹੈ ਅਤੇ ਅਸੀਂ ਇਹਨਾਂ ਨਾਲ ਰਲ ਕੇ ਸਾਡੇ ਪੰਜਾਬ ਨੂੰ ਜਿਹੜਾ ਆ ਇਸ ਉਹ ਬਾਰੀ ਵੱਟੇ ਦੇ ਖੇਲ 'ਚੋਂ ਥੋੜ੍ਹਾ ਬਾਹਰ ਕੱਢ ਸਕੀਏ। ਸੋ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ। ਹਾਂਜੀ, ਅਤੇ ਮੈਂ ਜੀ ਮੈਂ ਕਾਂਗਰਸ ਪਾਰਟੀ ਦਾ ਸਪੋਕਸਮੈਨ ਬਣ ਕੇ ਆਇਆ ਹਾਂ ਅੱਜ। ਲਾਈਕ ਮੈਂ ਜਿਉਂ ਦਾ ਜੰਮਿਆ ਵਾਂ, ਸ਼ੁਰੂ ਤੋਂ ਹੀ ਮੇਰੇ ਦਾਦਾ ਏ ਪੜਦਾਦੇ, ਲਾਈਕ ਮੇਰੇ ਫਾਦਰ ਸਾਹਿਬ ਹੁਣੀ ਸਾਰੇ ਕਾਂਗਰਸ ਦੀ ਸਪੋਰਟ ਕਰ ਰਹੇ ਆ ਅਤੇ ਸ਼ੁਰੂ ਅਤੇ ਅੱਗੇ ਵੀ ਕਰਦੇ ਰਹਾਂਗੇ। ਅਤੇ ਲਾਈਕ ਨਾਲੇ ਮੇਰੇ ਰਿਲੇਟਿਵ ਲਾਈਕ ਕਜ਼ਨ ਨੇ, ਉਹਨਾਂ ਨੂੰ ਲਾਈਕ MP ਦੀ ਇਲੈਕਸ਼ਨ ਦੇ ਵਿੱਚ ਐਤਕੀ ਕਾਂਗਰਸ ਵੱਲੋਂ ਟਿਕਟ ਮਿਲੀ ਆ। ਸੋ ਲਾਈਕ ਐਤਕੀ ਮੇਰਾ ਜ਼ਿਆਦਾ ਇੰਟਰਸਟ ਸੀ ਇਲੈਕਸ਼ਨ ਦੇ ਵਿੱਚ ਬਾਕੀ ਵਾਰੀਆਂ ਦੇ ਨਾਲੋਂ।
ਅਤੇ ਬਾਕੀ ਲਾਈਕ ਇਹ ਆ ਕਿ ਅਕਾਲੀ ਦਲ ਦੀ ਜਿੱਦਾਂ ਦੀ ਸਰਕਾਰ ਆ, ਜੋ ਜੋ ਕੁਛ ਉੱਥੇ ਹੋ ਰਿਹਾ ਵਾ, ਨਸ਼ਾ ਸਭ ਕੁਛ, ਇਹਨਾਂ ਤੋਂ ਸਾਫ ਕਰਕੇ ਕਿ ਮੈਂ ਚਾਹੁੰਦਾ ਵਾਂ ਕਿ ਕਾਂਗਰਸ ਸਰਕਾਰ ਅੱਗੇ ਆਵੇ ਦੁਬਾਰਾ, ਤਾਂ ਕਿ ਕਿਸਾਨ ਦਾ ਜਿਹੜਾ ਹੱਕ ਆ ਉਹਨੂੰ ਦੁਬਾਰਾ ਮਿਲ ਸਕੇ। ਸਚਲਿੰਦ ਜੀ, ਤੁਸੀਂ ਕਾਂਗਰਸ ਨੂੰ ਰੈਪ੍ਰਜੈਂਟ ਕਰ ਰਹੇ ਹੋ ਔਰ ਸਿੰਮ ਬੇਟਾ ਤੁਸੀਂ ਆਮ ਆਦਮੀ ਪਾਰਟੀ ਨੂੰ, ਔਰ ਮੈਂ ਆਪਣੇ ਵਿਊਜ਼ ਦੱਸਣਾ ਚਾਹੁੰਦਾ ਕਿ ਅਸੀਂ ਅਕਾਲੀ ਦਲ ਬਾਦਲ ਨੂੰ ਦੇ ਗਰੁੱਪ ਨੂੰ ਵੀ ਇੱਥੇ ਅਪਰੋਚ ਕੀਤਾ ਸੀ। ਅਨਫੋਰਚੁਨੇਟਲੀ ਉਹਨਾਂ ਦੇ ਜਿਹੜੇ ਗੈਸਟ ਆਉਣਾ ਸੀ ਉਹ ਨਹੀਂ ਪਹੁੰਚ ਸਕੇ, ਬਟ ਵੀ ਹੈਡ ਇਨਵਾਈਟਡ ਦੈਮ। ਚਲੋ ਆਪਾਂ ਤੁਹਾਡੇ ਦੋਨਾਂ ਨਾਲ ਹੀ ਚੱਲਦੇ, ਕਿਉਂਕਿ ਅੱਜ ਕੱਲ੍ਹ ਜੋ ਪੰਜਾਬ ਦੇ ਵਿੱਚ ਰੀਸੈਂਟਲੀ ਹਾਲਾਤ ਨੇ ਉਹਦੇ ਵਿੱਚ ਜਿਹੜੇ ਮੁੱਖ ਧਿਰ ਨੇ ਦੋ, ਉਹ ਤਾਂ ਤੁਸੀਂ ਦੋਨੋਂ ਹੀ ਹੋ ਜੋ ਹਵਾ ਅੱਜ ਕੱਲ੍ਹ ਕਹਿੰਦੀ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੋਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਯੰਗ ਜਨਰੇਸ਼ਨ ਅਤੇ ਜਿਹੜੀ ਸਾਡੀ ਜਨਰੇਸ਼ਨ ਹੈ ਟ੍ਰੈਡੀਸ਼ਨਲ, ਅਸੀਂ ਪੁਰਾਣੇ ਪੋਲੀਟੀਸ਼ੀਅਨ, ਸਾਡੇ ਥੋੜ੍ਹੇ 'ਚ ਫਰਕ ਇਹ ਹੈ ਕਿ ਤੁਸੀਂ ਆਪਣੀ ਵਿਚਾਰਧਾਰਾ ਨੂੰ ਅਲੱਗ ਰੱਖਦੇ ਹੋ, ਹੈਵਿੰਗ ਡਿਫਰੈਂਟ ਓਪੀਨੀਅਨ। ਯੂ ਗਾਈਜ਼ ਨੋ ਹਾਊ ਟੂ ਗੈਟ ਟੂਗੈਦਰ, ਹਾਊ ਟੂ ਗੈਟ ਅਲੋਂਗ ਟੂਗੈਦਰ, ਅਤੇ ਮੈਂ ਚਾਹਾਂਗਾ ਕਿ ਤੁਸੀਂ ਜਿਹੜਾ ਵੀ ਵਿਚਾਰ ਇੱਥੇ ਅੱਜ ਰੱਖੋ ਆਪਣੇ ਵਿਊਜ਼ ਦੀ ਆਈ ਕਿਊ ਨੂੰ ਸਮਝਦੇ ਹੋਏ ਉਹ ਚੀਜ਼ ਸਾਂਝੀ ਕਰੋ ਕਿ ਜਿਹੜੀ ਸਾਨੂੰ ਹਜ਼ਮ ਹੋ ਸਕੇ, ਕਿ ਤੇ ਨਾ ਹੋਵੇ ਕਿ ਤੁਸੀਂ ਦੋਨੋਂ ਕਹੋ ਕਿ ਸਾਨੂੰ 117 'ਚੋਂ 117 ਸੀਟਾਂ ਮਿਲਦੀਆਂ। ਸੋ ਵੀ ਕੈਨ ਗੋ ਔਨ ਦ ਫੈਕਟਸ ਐਂਡ ਸਮਥਿੰਗ ਦੈਟ ਇਜ਼ ਪ੍ਰਜੈਂਟੇਬਲ ਐਂਡ ਇਜ਼ ਜੈਨੂਅਨ ਇਜ਼ ਵਾਟ ਵੀ ਕੈਨ ਡਿਸਕਸ ਐਂਡ ਸ਼ੇਅਰ ਟੂਡੇ। ਸਭ ਤੋਂ ਪਹਿਲਾਂ ਤੁਸੀਂ ਨਵਾਂ ਧਿਰ ਹੋ ਐਂਡ ਐਜ਼ ਦੇ ਸੇ ਲੇਡੀਜ਼ ਫਸਟ, ਤੁਸੀਂ ਸਿੰਮ ਜੀ ਦੱਸੋ ਕਿ ਤੁਹਾਨੂੰ ਕੀ ਉਮੀਦ ਹੈ ਕਿ ਆਮ ਆਦਮੀ ਪਾਰਟੀ 117 ਵਿਧਾਨ ਸਭਾ ਸੀਟਾਂ 'ਚੋਂ ਕਿੰਨੀ ਸੀਟਾਂ ਲੈ ਕੇ ਜਾਂਦੀ ਹੈ? ਪਹਿਲਾਂ ਤਾਂ ਮੈਂ ਤੁਹਾਡੀ ਉਹ ਗੱਲ ਦਾ ਜਵਾਬ ਦਊਂਗੀ ਕਿ ਅਸੀਂ ਇੱਥੇ ਜਿਹੜੇ ਅਕਾਲੀ ਦਲ ਨੂੰ ਰਿਪ੍ਰਜੈਂਟ ਕਰਨ ਵਾਲੇ ਨਹੀਂ ਪਹੁੰਚੇ, ਤਾਂ ਉਹ ਸ਼ਾਇਦ ਇਸੇ ਕਰਕੇ ਨਹੀਂ ਕਿ ਉਹ ਪਹਿਲਾਂ ਹੀ ਡਰ ਗਏ ਆ। ਅਤੇ ਮੈਂ ਇੱਥੇ ਤੁਹਾਨੂੰ ਰੋਕਦਾ, ਜੇ ਆਪਾਂ ਗੱਲ ਇਹ ਤੋਂ ਪਹਿਲਾਂ ਕਰ ਲਈਏ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਅਕਾਲੀ ਦਲ ਬਾਦਲ ਜਿੱਤ ਹੋਈ ਹੈ, ਮੈਂ ਅੱਜ ਉਮੀਦ ਕਰਦਾ ਸੀ ਐਟਲੀਸਟ ਉਸ ਜਿੱਤ ਨੂੰ ਵਿਊਜ਼ ਦੇ ਨਾਲ ਸਾਂਝਾ ਕਰਨ ਦੇ ਲਈ ਖੁਸ਼ੀ ਮਨਾਉਣ ਲਈ ਉੱਥੇ ਪਹੁੰਚਦੇ, ਬਟ ਅਨਫੋਰਚੁਨੇਟਲੀ ਰੀਜ਼ਨਸ ਨੋਨ ਅਨਨੋਨ ਨਹੀਂ ਪਹੁੰਚ ਸਕੇ, ਪਰ ਉਹਨਾਂ ਦੀ ਜਿੱਤ ਹੋਈ ਹੈ ਉੱਥੇ। ਹਾਂਜੀ, ਤੁਸੀਂ ਕਹਿ ਸਕਦੇ ਆ, ਪਰ ਜਿਹੜਾ ਮੇਨ ਪੰਜਾਬ 'ਚ ਜਿਹੜਾ ਕੰਪੀਟੀਸ਼ਨ ਆ ਉਹ ਤੁਸੀਂ ਮਤਲਬ ਅਕਾਲੀ ਦਲ ਨੂੰ ਤਾਂ ਕੰਪੀਟੀਸ਼ਨ 'ਚ ਗਿਣੋ ਨਾ, ਸਿਰਫ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਕੰਪੀਟੀਸ਼ਨ ਆ। ਸੋ ਦੇਖਦੇ ਹਾਂ ਕਿ ਉਮੀਦ ਤਾਂ ਇਹੋ ਹੀ ਆ ਕਿ ਜਦੋਂ ਅਸੀਂ ਇੱਥੇ ਕਾਲਿੰਗ ਕੈਂਪੇਨ ਸ਼ੁਰੂ ਕੀਤੀ ਤਾਂ ਅਸੀਂ ਹਰ ਇੱਕ ਘਰ ਫੋਨ ਕੀਤਾ ਆ, ਗਰੀਬ ਤੋਂ ਗਰੀਬ ਵੀ ਜਿੱਥੇ ਵੀ ਅਸੀਂ ਪਹੁੰਚ ਸਕੇ ਤਾਂ ਅਸੀਂ ਉੱਥੇ ਫੋਨ ਕੀਤਾ, ਤਾਂ ਸਾਨੂੰ 70% ਲੋਕ ਇਹੋ ਹੀ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਸਪੋਰਟ ਕਰਦੇ ਹਾਂ। ਅਤੇ ਉਹ 70% ਤੋਂ ਤਾਂ ਇਹੋ ਹੀ ਲੱਗਦਾ ਕਿ ਜੇ ਘੱਟ ਤੋਂ ਘੱਟ 60% ਵੀ ਆਮ ਆਦਮੀ ਪਾਰਟੀ ਆਉਂਦੀ ਹੈ, ਦੈਨ ਵੀ ਆਰ ਦਾ ਵਿਨਰ। ਸੋ ਜੇ ਤੁਸੀਂ 60% ਵੋਟਸ ਲੈਂਦੇ ਹੋ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਜਿੱਤੋਗੇ। ਹਾਂਜੀ, ਕਾਂਗਰਸ ਕੀ ਉਮੀਦ ਕਰਦੀ ਹੈ ਸਚਿਨ ਜੀ? ਲਾਈਕ ਸਾਰਿਆਂ ਦਾ ਆਪਣਾ ਆਪਣਾ ਹਿਸਾਬ ਆ, ਜਿਹੜਾ ਜਿਹੜੀ ਪਾਰਟੀ ਨੂੰ ਸਪੋਰਟ ਕਰਦਾ ਉਹਨੇ ਤਾਂ ਉਹਦੀ ਗੱਲ ਕਰਨੀ ਆ ਕਿ ਮੈਂ ਕਾਂਗਰਸ ਨੂੰ ਕਰ ਰਿਹਾ, ਮੈਂ ਕਹੂੰਗਾ। ਲਾਈਕ ਕਹਿਣ ਨੂੰ ਮੈਂ 117 'ਚੋਂ 117 ਵੀ ਕਹਿ ਸਕਦਾ, ਪਰ ਮੈਨੂੰ ਪਤਾ ਉਹ ਸ਼ਰੇਆਮ ਝੂਠ ਆ ਜੋ ਨਹੀਂ ਹੋ ਸਕਦਾ। ਸਿੱਧੀ ਗੱਲ, ਲਾਈਕ ਮੈਂ ਵੀ 60 ਤੋਂ 70 ਸੀਟਾਂ ਦੇ ਵਿੱਚ ਇੰਨਾ ਮੈਂ ਆਪਣੇ ਵੱਲੋਂ ਦੱਸ ਰਿਹਾ ਕਿ 60 ਤੋਂ 70 ਸੀਟਾਂ ਦੇ ਵਿੱਚ ਕਾਂਗਰਸ ਆਪਣੀ ਦਾਅਵੇਦਾਰੀ ਬਣਾਊਗੀ ਅਤੇ ਉਹ ਜਿੱਤੇਗੀ ਉੱਥੇ। ਲਾਈਕ ਮੈਂ ਮਾਝੇ ਤੋਂ ਹਾਂ, ਮੈਂ ਸਭ ਫੋਨ ਕੀਤਾ, ਲਾਈਕ ਪੂਰਾ ਇੰਟਰਸਟ ਲਿਆ ਇਲੈਕਸ਼ਨ ਦੇ ਵਿੱਚ। ਮਾਝੇ ਦੇ ਵਿੱਚੋਂ ਆਮ ਆਦਮੀ ਲਾਈਕ ਕੋਈ ਸੀਟ ਨਹੀਂ ਲੈ ਕੇ ਜਾ ਰਹੀ, ਮਾਝਾ ਪੂਰਾ ਕਾਂਗਰਸ ਦੇ ਹੱਥ ਵਿੱਚ ਜਾ ਰਿਹਾ ਵੇ ਇਸ ਵਕਤ। ਅਕਾਲੀਆਂ ਦੀ ਗੱਲ ਕਿ ਜਿੱਦਾਂ ਤੁਸੀਂ ਕੀਤੀ ਕਿ ਦਿੱਲੀ ਦੀ ਇਲੈਕਸ਼ਨ ਹੋ ਗਈ ਆ ਅਤੇ ਜਿੱਤ ਕੇ ਉਹਨਾਂ ਦੀ ਜਿੱਤ ਹੋ ਚੁੱਕੀ ਆ, ਪਰ ਇੱਥੇ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਕਿਸੇ ਨਿਆਣੇ ਨੂੰ ਪੂਰਾ ਟੋਫੀਆਂ ਦਾ ਪੈਕਟ ਚਾਹੀਦਾ ਹੋਵੇ ਤਾਂ ਇੱਕ ਟੋਫੀ ਦੇ ਦਿਓ, ਉਹਦੇ ਨਾਲ ਗੱਲ ਨਹੀਂ ਬਣਦੀ, ਨਾ ਨਿਆਣਾ ਖੁਸ਼ ਹੁੰਦਾ ਵਾ। ਸੋ ਸਾਰਿਆਂ ਨੂੰ ਹਜੇ ਤੱਕ ਟੈਨਸ਼ਨ ਤਾਂ ਪਈ ਆ ਪੰਜਾਬ ਇਲੈਕਸ਼ਨ ਦੀ ਕਿ ਬਣਨਾ। ਚਲੋ ਪੰਜਾਬ ਇਲੈਕਸ਼ਨ, ਕਿਉਂਕਿ 4 ਫਰਵਰੀ ਨੂੰ ਆਪਣੇ ਵੋਟਾਂ ਪਈਆਂ, ਉਹ ਤੋਂ ਬਾਅਦ ਯੂਪੀ ਜਿਹੜਾ ਇੱਕ ਬਹੁਤ ਵੱਡਾ ਸਟੇਟ ਹੈ, 400 ਤੋਂ ਵੱਧ MLA ਉਹਨਾਂ ਦੇ ਨੇ ਚੁਣੇ ਜਾਣੇ, ਔਰ 6 ਅਲੱਗ ਅਲੱਗ ਫੇਜ਼ਸ ਦੇ ਵਿੱਚ ਉਹਨਾਂ ਦੀ ਜਿਹੜੀ ਇਲੈਕਸ਼ਨਸ ਹੋਈ ਹੈ। ਹੁਣ ਜੋ ਇਲੈਕਸ਼ਨ ਖਤਮ ਹੋ ਗਈ ਆਪਾਂ ਕਾਫੀ ਖੁੱਲ੍ਹ ਕੇ ਗੱਲ ਕਰ ਸਕਦੇ, ਕਿਉਂਕਿ ਆਪਣੇ ਵਿਚਾਰ ਜਿਹੜੇ ਨੇ ਤੁਹਾਡੇ ਉਹਨੇ ਡਾਇਰੈਕਟਲੀ ਇਨਡਾਇਰੈਕਟਲੀ ਕਿਸੇ ਵੋਟਰ 'ਤੇ ਇਨਫਲੂਐਂਸ ਨਹੀਂ ਕਰਨਾ। ਸੋ ਲੈਟਸ ਯੂ ਕੈਨ ਫ੍ਰੀਲੀ ਟੋਕ ਕਿ ਕਿੰਨੀ ਤੁਹਾਨੂੰ ਉਮੀਦ ਹੈ, ਤੁਸੀਂ ਕਰਦੇ ਹੋ 60 ਤੋਂ 70%, ਆਮ ਆਦਮੀ ਪਾਰਟੀ ਕਿੰਨੀ ਉਮੀਦ ਕਰਦੀ ਹੈ? ਮੈਂ ਜਿਵੇਂ ਪਹਿਲਾਂ ਹੀ ਤੁਹਾਨੂੰ ਕਿਹਾ ਜੀ ਕਿ ਹਾਂ, ਜੇ ਤਾਂ ਇਹਨਾਂ ਦਾ ਘਪਲਾ ਚੱਲ ਗਿਆ, ਇਹਨਾਂ ਦੀ ਕੋਈ ਸਾਜਿਸ਼ ਚੱਲ ਗਈ, ਪਰ ਵੈਸੇ ਸਾਡੇ ਵਲੰਟੀਅਰ ਉੱਥੇ ਹਰ ਇੱਕ
ਮਸ਼ੀਨਾਂ ਵੋਟਿੰਗ ਮਸ਼ੀਨਾਂ ਦੀ ਕੇਅਰ ਕਰ ਰਹੇ ਆ ਪੂਰੀ ਕਿ ਇਦਾਂ ਦਾ ਕੁਛ ਕੋਈ ਸਾਜ਼ਿਸ਼ ਨਾ ਚੱਲੇ, ਫਿਰ ਤਾਂ ਕੁਛ ਕਹਿ ਨਹੀਂ ਸਕਦੇ। ਪਰ ਜੇ ਇਮਾਨਦਾਰੀ ਨਾਲ ਸੋਚੀਏ ਤਾਂ 60-70% ਆਮ ਆਦਮੀ ਪਾਰਟੀ ਜੇਤੂ ਹੈ, ਅਤੇ ਡੈਫੀਨੇਟਲੀ ਉਹ ਆਏਗੀ। ਅਤੇ ਇਹ ਪੂਰਾ ਸੀਟਾਂ ਤੁਸੀਂ ਸਾਨੂੰ ਕੋਈ ਕਾਊਂਟ ਨਹੀਂ ਦੱਸ ਰਹੇ ਵੀ ਸੀਟਸ ਕਿੰਨੀਆਂ ਹੋਣਗੀਆਂ? ਸੀਟਾਂ ਜੇ 60% ਦੇ ਹਿਸਾਬ ਨਾਲ ਲਾਈਏ ਜੀ, 60 ਸੀਟਾਂ ਤਾਂ ਪੱਕੀਆਂ ਹੀ ਆ। ਤੁਸੀਂ 60 ਕਹਿ ਰਹੇ ਹੋ ਪੱਕੀਆਂ ਨੇ? ਸਰਕਾਰ ਤੁਸੀਂ ਵੀ ਬਣਾਉਂਦੇ ਹੋ, ਸਰਕਾਰ ਤੁਸੀਂ ਬਣਾਉਂਦੇ ਹੋ। ਬਾਕੀ 11 ਤਰੀਕ ਨੂੰ ਸਾਨੂੰ ਪੱਕਾ ਪਤਾ ਜਾਣਾ ਕਿਉਂਕਿ 11 ਨੂੰ ਰਿਜ਼ਲਟਸ ਆ ਰਹੇ ਨੇ। ਪਰ ਮੈਂ ਫਿਰ ਇੱਕ ਵਾਰੀ ਦੁਬਾਰਾ ਵਾਪਸ ਜਾਵਾਂਗਾ ਪਹਿਲੇ ਕੁਐਸਚਨ 'ਤੇ ਕਿ ਤੁਸੀਂ ਇੱਥੇ ਬੈਠੇ ਹੋਏ, ਜਿਹੜਾ ਸਵਾਲ ਜਾਂ ਜਿਹੜਾ ਤਨ ਆਪਾਂ ਨੂੰ ਪੰਜਾਬ 'ਚੋਂ ਵੱਜਦਾ ਕਿ ਤੁਸੀਂ ਅਮੈਰੀਕਾ ਕੈਨੇਡਾ ਦੀ ਧਰਤੀ ਤੋਂ ਕਿਉਂ ਆ ਕੇ ਸਾਡੇ ਇਸ ਚੀਜ਼ ਇੰਟਰਫੇਅਰ ਕਰਦੇ ਹੋ, ਤੁਸੀਂ ਕਿਉਂ ਇੰਨੇ ਜੁੜੇ ਹੋਏ ਹੋ? ਦੈਟ ਇਜ਼ ਵਾਟ ਆਈ ਲਾਈਕ ਟੂ ਸ਼ੇਅਰ ਦੈਟ ਵਿਦ ਵਿਊਅਰਸ। ਪਹਿਲਾ ਰੀਜ਼ਨ ਤਾਂ ਇਹੋ ਹੀ ਆ ਕਿ ਅਸੀਂ ਜਿਹੜੀ ਧਰਤੀ 'ਤੇ ਜੰਮੇ ਪਲੇ ਵੱਡੇ ਹੋਏ, ਜਦੋਂ ਅਸੀਂ ਉੱਥੋਂ ਉੱਠ ਕੇ ਇੱਥੇ ਆਉਂਦੇ ਹਾਂ ਤਾਂ ਅਸੀਂ ਇੱਥੋਂ ਦੀਆਂ ਸਹੂਲਤਾਂ ਜਿਹੜੀਆਂ ਸਾਨੂੰ ਮਿਲਦੀਆਂ ਆ, ਜੋ ਇੱਥੋਂ ਦਾ ਪੋਲੀਟੀਕਲ ਸਿਸਟਮ ਆ, ਜੋ ਇੱਥੋਂ ਦਾ ਗਵਰਨਮੈਂਟ ਸਿਸਟਮ ਆ, ਐਵਰੀਥਿੰਗ ਇਜ਼ ਔਨਲਾਈਨ, ਅਤੇ ਸਾਨੂੰ ਇੱਥੇ ਬੜੀ ਸੌਖੀ ਜ਼ਿੰਦਗੀ ਲੱਗਦੀ ਆ ਕਿ ਉੱਥੇ ਇੰਡੀਆ ਨਾਲੋਂ ਜਿੱਥੇ ਤੁਸੀਂ ਲਾਈਨਾਂ 'ਚ ਖੜ੍ਹ ਕੇ ਤੁਸੀਂ ਕੰਮ ਕਰਵਾਉਣਾ ਆ, ਅਤੇ ਇਹ ਨਹੀਂ ਪਤਾ ਰਿਸ਼ਵਤ ਦੇ ਕੇ ਉਹ ਲਾਈਨਾਂ 'ਚ ਵੀ ਨਹੀਂ ਖੜ੍ਹਦੇ, ਅਤੇ ਪਹਿਲਾਂ ਹੀ ਕੰਮ ਹੋ ਜਾਂਦੇ ਆ, ਘਰ ਬੈਠਿਆਂ ਨੇ ਫੋਨ ਕੀਤਾ ਤਾਂ ਉਹਨਾਂ ਦੇ ਘਰ ਬੈਠਿਆਂ ਦੇ ਕੰਮ ਹੋ ਜਾਂਦੇ। ਸੋ ਇਹ ਸਾਰਾ ਕੁਛ ਦੇਖ ਕੇ ਸਾਨੂੰ ਲੱਗਦਾ ਆ ਕਿ ਸਾਡਾ ਪੰਜਾਬ ਤਾਂ ਬਹੁਤ ਪਿੱਛੇ ਜਾ ਰਿਹਾ ਹੈ, ਅਤੇ ਇਹ ਸਾਡੀ ਸਾਨੂੰ ਬੂਸਟ ਕਰਦੀ ਆ ਇਹ ਚੀਜ਼ ਕਿ ਅਸੀਂ ਸਾਡੇ ਪੰਜਾਬ ਨੂੰ ਉੱਦਾਂ ਦਾ ਭਾਵੇਂ ਨਹੀਂ ਬਣਾ ਸਕਦੇ ਅਮਰੀਕਾ ਵਰਗਾ, ਪਰ ਕੋਸ਼ਿਸ਼ ਤਾਂ ਕਰ ਸਕਦੇ ਹਾਂ ਕਿ ਉਹ ਉੱਦਾਂ ਦਾ ਬਣੇ, ਉੱਥੇ ਲੋਕ ਸੌਖੀ ਜ਼ਿੰਦਗੀ ਜਿਉ ਸਕਣ। ਤੁਸੀਂ ਇੱਕ ਸਿਸਟਮ ਲੈਣਾ ਚਾਹੁੰਦੇ ਹੋ? ਹਾਂਜੀ। ਜਿਹੜਾ ਤੁਸੀਂ ਸਿਸਟਮ ਇੱਥੇ ਮੰਗ ਕਰਦੇ ਹੋ? ਹਾਂਜੀ ਹਾਂ। ਅਤੇ ਤੁਸੀਂ ਆਲਰੇਡੀ ਸ਼ੇਅਰ ਕਰਤਾ ਕਿ ਤੁਹਾਡਾ ਪਰਿਵਾਰ ਕਾਂਗਰਸੀ ਹੈ ਸ਼ੁਰੂ ਤੋਂ, ਇਸ ਕਰਕੇ ਤੁਸੀਂ ਯੂ ਬਿਲੋਂਗ ਟੂ ਪੋਲੀਟੀਕਲ ਫੈਮਿਲੀ ਹੈ। ਪਰ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ, ਤੁਹਾਡੀ ਕਾਂਗਰਸ ਪਹਿਲਾਂ ਰਾਜ ਕਰ ਚੁੱਕੇ, ਕਈ ਵਾਰੀ ਕਰ ਚੁੱਕੇ, ਸਭ ਤੋਂ ਪੁਰਾਣੀ ਪਾਰਟੀ ਹੈ, ਠੀਕ ਹੈ, ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਐਤਕੀ ਨਵੀਆਂ ਕਰਨਾ ਚਾਹੁੰਦੇ ਹੋ ਤਾਂ ਜੋ ਪੰਜਾਬ ਬਿਹਤਰੀ ਵੱਲ ਨੂੰ ਜਾ ਸਕੇ? ਪਰ ਇਸ ਦਾ ਜਵਾਬ ਮੈਂ ਚਾਹਾਂਗਾ ਇੱਕ ਬ੍ਰੇਕ ਤੋਂ ਬਾਅਦ। ਸੋ ਮਿਲਦੇ ਹਾਂ ਜੀ ਆਪਾਂ ਇੱਕ ਬ੍ਰੇਕ ਤੋਂ ਬਾਅਦ। ਅਬ ਆਪਕਾ ਹੋਗਾ ਆਪਣਾ ਘਰ ਸਪਨਾ ਘਰ। अपना घर खरीदने और रीफाइनेंस करवाने के लिए SAI मॉर्गेज से राब्ता करें। डोंट मेक अ मूव विदाउट SAI। ब्रेक तो बाद स्वागत है जी थोड़ा। और जो सवाल आप ब्रेक तो पहले पूछा सी सच ने कि कांग्रेस बींग द ओल्डेस्ट पार्टी, सब तो पुरानी पार्टी है, एक ट्रडिशनल पार्टी है, कि जो भी रूल चाहते ने ਉਹੀ ਕੁਛ ਦੇਖਣ ਨੂੰ ਮਿਲਦਾ। ਇਸ ਵਾਰ ਕੀ ਅਗਰ ਤੁਹਾਡੀ ਸਰਕਾਰ ਆਉਂਦੀ ਹੈ, ਵਟ ਆਰ ਦ ਹੋਪਸ, ਕਿਹੜੀਆਂ ਚੇਂਜਿਸ ਆਉਣਗੀਆਂ? ਜੀ ਮੈਂ ਇਹਦੇ 'ਤੇ ਕਹਿਣਾ ਚਾਹੂੰਗਾ ਕਿ ਲਾਈਕ ਪਹਿਲਾਂ ਵੀ ਸਰਕਾਰ ਆਉਂਦੀ ਰਹੀ ਆ, ਪਰ ਸਾਰੀ ਸਰਕਾਰ ਦੇ ਵਿੱਚ ਕਦੀ ਵੀ ਪੰਜਾਬ ਦਾ ਇੰਨਾ ਬੁਰਾ ਹਾਲ ਨਹੀਂ ਹੋਇਆ ਜਿਹੜਾ ਕਿ 10 ਸਾਲ ਦੇ ਟੈਨਰ ਵਿੱਚ ਇਹਨਾਂ ਦਾ ਅਕਾਲੀ ਦਲ ਨੇ ਇੰਨਾ ਕਰ ਦਿੱਤਾ। ਹਰ ਅੰਮ੍ਰਿਤਸਰ ਦੇ ਵਿੱਚ ਲਾਈਕ ਮੱਝ ਦੀ ਪਹਿਲਾਂ ਮੈਂ ਗੱਲ ਕਰਦਾ ਵਾਂ, ਅੱਧੇ ਤੋਂ ਜ਼ਿਆਦਾ ਜਿਹੜੇ ਜਿੰਨੇ ਨੌਜਵਾਨਾਂ ਦੀ ਪੀੜ੍ਹੀ ਹੈ ਕੋਈ ਜੌਬ ਨਹੀਂ ਕਿਸੇ ਦੇ ਕੋਲ, ਪੜ੍ਹਾਈਆਂ ਕਰਕੇ ਵਿਹਲੇ ਫਿਰ ਰਹੇ ਆ, ਉਸ ਤੋਂ ਬਾਅਦ ਫਿਰ ਉਹ ਨਸ਼ਿਆਂ 'ਤੇ ਲੱਗ ਰਹੇ ਆ। ਪਹਿਲਾਂ ਤਾਂ ਸਾਡਾ ਆਹ ਹੀ ਕੰਮ ਹੋਏਗਾ ਕਿ ਲਾਈਕ ਜਿੰਨੀ ਨੌਜਵਾਨ ਪੀੜ੍ਹੀ ਸਾਰੀ ਉਹਨਾਂ ਦਾ ਬੇਰੁਜ਼ਗਾਰੀ ਹਟਾ ਕੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਆਪ ਨੂੰ ਥੋੜ੍ਹਾ ਇਹਨਾਂ ਚੀਜ਼ਾਂ ਤੋਂ ਵਿਹਲੇ ਪਾਉਣ ਤੋਂ ਦੂਰ ਰੱਖ ਸਕਣ, ਅਤੇ ਦੂਜੀ ਚੀਜ਼ ਕਿ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਗੱਲ ਤੁਸੀਂ ਨਸ਼ੇ ਦੀ ਕੀਤੀ ਹੈ, ਤੁਹਾਡੇ ਸੀਨੀਅਰ ਲੀਡਰ ਪ੍ਰਧਾਨ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ 70% ਨਸ਼ਾ। ਇਹ ਫਿਗਰ ਕਿੱਥੋਂ ਕੁ ਤੱਕ ਤੁਸੀਂ ਜਾਇਜ਼ ਸਮਝਦੇ ਹੋ? ਅਤੇ ਮੈਂ ਚਾਹਾਂਗਾ ਕਿ ਇਸ ਤੋਂ ਬਾਅਦ ਤੁਸੀਂ ਜਵਾਬ ਦਿਓਗੇ ਕਿ ਤੁਹਾਡੇ ਹਿਸਾਬ ਨਾਲ ਇਹ ਫਿਗਰ ਨਹੀਂ ਸਹੀ, ਤਾਂ ਕਿਹੜੀ ਫਿਗਰ ਸਹੀ ਬੈਠਦੀ ਹੈ? ਨਹੀਂ ਜੀ, ਇਹ ਫਿਗਰ ਮੈਨੂੰ ਤਾਂ ਬਿਲਕੁਲ ਸਹੀ ਲੱਗਦੀ ਹੈ, ਇਹ ਤੋਂ ਜ਼ਿਆਦਾ ਹੋ ਸਕਦਾ ਵਾ, 70% ਤੋਂ ਘੱਟ ਤਾਂ ਪੰਜਾਬ ਦੇ ਵਿੱਚ ਹੈ ਨਹੀਂ। ਹਰ ਕੋਈ ਜਿੰਨਾ ਵੀ ਵਿਹਲਾ ਨੌਜਵਾਨ ਵੇਖ ਲਓ, ਡਿਟੈਂਸ਼ਨ ਸੈਂਟਰ ਜਿੰਨੇ ਵੀ ਹੁੰਦੇ ਉਹਨਾਂ ਦੇ ਲਾਈਕ ਜਿਹੜੇ ਡਰੱਗ ਵਾਲੇ ਜਿਹਨੂੰ ਨਸ਼ਾ ਛਡਾਓ ਕੇਂਦਰ ਕਹਿੰਦੇ ਆ, ਭਰੇ ਹੁੰਦੇ ਆ, ਕੋਈ ਫਰਕ ਨਹੀਂ ਪੈ ਰਿਹਾ, ਨਸ਼ਾ ਸ਼ਰੇਆਮ ਵੇਖ ਰਿਹਾ ਉੱਥੇ, ਅਤੇ ਫਿਗਰ ਇਹਦੇ ਤੋਂ ਜ਼ਿਆਦਾ ਹੋ ਸਕਦੀ ਜੇ ਘੱਟ ਨਹੀਂ ਹੋ ਸਕਦੀ।
मैं सब तो पहला तो ये कहना चाहूंगी कि कांग्रेस ते अकाली भैणा भैणा आ ये सानू मतलब आम लोगों नू ये जो देखण नू मिलदा आ वो ये ओरिजिनली आपस च इन्हां दा बहुत मतलब प्यार आ, पर सानू ये शो करदे आ आम लोगों नू कि असी एक दूजे दे विरुद्ध आ। ते जदों कांग्रेस सीगी अपने टाइम च उदों असी जे पिछले झाती मारीए पिछले टाइम ते तां कांग्रेस दे टाइम उहनां ने एक किन्ना क नौकरियां दित्तियां आ नौजवानों नू ते ये किन्नियां क देण दा हुण वादा करदे आ। सो ये तां एक उही गल हो गई है ना कि भी हाथी दे दंद खाण दे होर ते दिखाण दे होर, ते ये बस सिर्फ सानू दिखाण नू इहनां दीआं गल्लां आ, पर इहदे च कोई पर किन्ने परसेंट यूथ जिहड़ा आ तुहाडे मुताबिक नशे दे उत्ते लग्गिआ? दे आर क्लेमिंग 70%, वट इज़ योर परसेंटेज? नहीं ये तो है, ये गल सच आ कि पंजाब दा यूथ जिहड़ा आ वो पूरा कह लो वेला आ, मतलब उहनां नू होर कोई कम है नहीं गा, जे नौकरियां होण तां वो उहनां च बिजी होण, ते ऐसे करके मैं तो यही कहूँगी कि 70% 80% पंजाब च नशा हैगा आ। ਤੁਸੀਂ ਮੰਨਦੇ 70 हाँ ਤੋਂ जी 80 परसेंट? हाँ जी 70 ਤੋਂ 80 परसेंट मीन हर 10 10 ਬੰਦਿਆਂ ਚੋਂ ਤੁਸੀਂ 7 ਤੋਂ 8 ਬੰਦੇ ਦੋਨੋਂ ਗੱਲ ਕਰ ਰਹੇ ਹੋ। हाँ जी ਵੀ ਇੰਨਾ ਨਸ਼ਾ ਪੰਜਾਬ 'ਚ ਹੈਗਾ। ਕਾਸ਼ ਸਾਡਾ ਤੀਜਾ ਧਿਰ ਬੈਠਾ ਹੁੰਦਾ, ਤੁਸੀਂ ਕੀ ਸੋਚਦੇ ਵੀ ਉਹਨਾਂ ਨੇ ਤੁਹਾਡੇ ਇਸ ਫਿਗਰ ਨੂੰ ਮੰਨਣਾ ਸੀਗਾ? ਨਹੀਂ ਕਦੇ ਵੀ ਨਹੀਂ। ਉਹ ਜਿਹੜਾ ਕਰਦਾ ਹੈ ਉਹ ਕਦੀ ਗਲਤੀ ਮੰਨਦਾ ਥੋੜ੍ਹੀ ਆਪਣੀ। ਚਲੋ ਮੈਂ ਕਿਉਂਕਿ ਅੱਜ ਇੱਥੇ ਨਹੀਂ ਇਸ ਗੱਲ 'ਤੇ ਮੈਂ ਅੱਗੇ ਤੁਰਨਾ ਚਾਹੁੰਦਾ, ਬਟ ਨੋ ਡਾਊਟ ਕਿ ਪੰਜਾਬ 'ਚ ਨਸ਼ਾ ਹੈਗਾ, ਕਿਉਂਕਿ ਭੁੱਕੀ, ਚਰਸ, ਗਾਂਜਾ, ਮੈਰੀਵਾਨਾ, ਯੂ ਨੇਮ ਇਟ, ਸਭ ਕੁਛ ਮਿਲਦਾ। ਔਰ ਸਭ ਤੋਂ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਸਭ ਤੋਂ ਵਰਤੋਂ ਵਾਲੀ ਚੀਜ਼ ਹੈ ਉਹ ਹੈ ਦਾਰੂ, ਸ਼ਰਾਬ, ਲਿਕਰ। ਉਹਨੂੰ ਅਸੀਂ ਸੁਸਾਇਟੀ ਨਸ਼ਾ ਹੀ ਨਹੀਂ ਮੰਨਣ ਨੂੰ ਤਿਆਰ। ਅਗਰ ਉਹਨੂੰ ਆਪਾਂ ਐਡ ਕਰਦੇ ਹਾਂ ਦੈਨ ਆਈ ਵੁੱਡ ਐਗਰੀ ਵਿਦ ਯੂ ਕਿ ਇਟ ਇਜ਼ ਅ ਵੈਰੀ ਹਾਈ ਨੰਬਰ। ਤੁਸੀਂ ਲਿਕਰ ਦੀ ਗੱਲ ਕੀਤੀ ਹੈ ਜੀ, ਸ਼ਰਾਬ ਦੀ ਗੱਲ ਕੀਤੀ ਹੈ, ਇਹ ਸ਼ਰਾਬ ਪੰਜਾਬ 'ਚ ਸ਼ਰਾਬ ਦੇ ਠੇਕੇ ਹੀ ਗੌਰਮੈਂਟ ਅੰਡਰ ਆਉਂਦੇ ਆ, ਅਤੇ ਕਹਿ ਲਓ ਸਰਕਾਰ ਹੀ ਜਦੋਂ ਸ਼ਰਾਬਾਂ ਵੇਚ ਰਹੀ ਆ ਤਾਂ ਫਿਰ ਉਸ ਦੇਸ਼ ਦਾ ਕੀ ਭਵਿੱਖ ਹੋ ਸਕਦਾ, ਇਹ ਅਸੀਂ ਸੋਚ ਸਕਦੇ ਹਾਂ ਕਿ ਠੇਕਿਆਂ ਦਾ ਕਿੰਨੇ ਪਰਸੈਂਟ ਤਾਂ ਪਹਿਲਾਂ ਗੌਰਮੈਂਟ ਨੂੰ ਜਾਂਦਾ ਹੈ। ਐਗਜੈਕਟਲੀ, ਇਟਸ ਸੋਰਸ ਆਫ ਇਨਕਮ ਯਾ, ਇਹ ਉਹਨਾਂ ਦਾ ਬਿਜ਼ਨਸ ਹੈ, ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਉਹਨਾਂ ਨੂੰ ਲੱਗਦੀ ਹੈ ਕਿ ਇਹ ਨਸ਼ਾ ਹੈ। ਅਨਫੋਰਚੁਨੇਟਲੀ ਸਾਡੀ ਸੋਸਾਇਟੀ ਦਾ ਹਿੱਸਾ ਬਣ ਚੁੱਕਾ ਹੈ। ਗਮ ਜਾਂ ਖੁਸ਼ੀ ਕੋਈ ਵੀ ਹੋਵੇ, ਅਸੀਂ ਕਹਿੰਦੇ ਵੀ ਦਾਰੂ ਦੇ ਨਾਲ ਉਹ ਸੈਲੀਬ੍ਰੇਟ ਜਾਂ ਉਹਨੂੰ ਮੁਕਾਉਣ ਦੀ ਕੋਸ਼ਿਸ਼ ਕਰਨੀ ਹੈ, ਵਿਚ ਇਜ਼ ਅ ਸੈਡ ਚੈਪਟਰ, ਕਿਉਂਕਿ ਪੰਜਾਬ ਜੋ ਕਿਸੇ ਵਕਤ ਕਿ ਉਹ ਦੁੱਧ ਦੀਆਂ ਨਦੀਆਂ ਦਾ ਸਟੇਟ ਮੰਨਿਆ ਜਾਂਦਾ ਸੀ, ਅੱਜ ਦਾਰੂ ਦੇ ਥਾਂ ਥਾਂ 'ਤੇ ਟੇਕੇ ਨੇ। ਯੂਥ ਸਾਡਾ ਨਸ਼ਿਆਂ 'ਚ ਡੁੱਬਿਆ ਹੋਇਆ, ਉਹੀ ਯੂਥ ਹੈ ਜਿਹੜਾ ਅਨਇੰਪਲੋਇਡ ਹੈ, ਅਤੇ ਕਿਤੇ ਨਾ ਕਿਤੇ ਅਨਇੰਪਲੋਇਮੈਂਟ ਜਿਹੜੀ ਹੈ ਉਹੀ ਕਾਰਨ ਬਣਦੀ ਹੈ ਕਿ ਸਾਡੇ ਜਿਹੜੇ ਯੂਥ ਹੈ ਉਹ ਨਸ਼ਿਆਂ ਵੱਲ ਜਾਂਦੇ ਨੇ। ਇਹ ਜਿਹੜਾ ਅਨਇੰਪਲੋਇਮੈਂਟ ਇੱਕ ਬਹੁਤ ਵੱਡਾ ਵਿਸ਼ਾ ਹੈ। ਤੁਹਾਡੀ ਪਾਰਟੀ ਅਗਰ ਪਾਵਰ 'ਚ ਆਉਂਦੀ ਹੈ, ਹਾਊ ਡੂ ਯੂ ਥਿੰਕ ਯੂ ਕੈਨ ਰਿਡਿਊਸ ਦੀ ਅਨਇੰਪਲੋਇਮੈਂਟ? ਜੇ ਆਮ ਆਦਮੀ ਪਾਰਟੀ ਆਉਂਦੀ ਆ, ਵੈਸੇ ਆ ਜਾਣੀ ਆ ਇਹ ਅਸੀਂ ਮੰਨਦੇ ਹਾਂ, ਮਤਲਬ ਜਦੋਂ ਆਮ ਆਦਮੀ ਪਾਰਟੀ ਆਊਗੀ ਤਾਂ ਇਹ ਮਤਲਬ ਪੂਰਾ 80-90% ਆਈ ਵੁੱਡ ਸੇ ਕਿ ਇਹ ਜਿੰਨੇ ਨੌਜਵਾਨ ਨੇ ਇਹ ਇਹਨਾਂ ਨੂੰ ਨੌਕਰੀਆਂ ਮਿਲਣਗੀਆਂ, ਅਤੇ ਇਹਨੇ ਜਦੋਂ ਇਹਨਾਂ ਨੂੰ ਬਿਜ਼ੀ ਹੋ ਗਏ ਨੌਕਰੀਆਂ ਮਿਲੀਆਂ ਜਾਂ ਇਹਨਾਂ ਦੇ ਨੌਕਰੀਆਂ ਤੁਸੀਂ ਕ੍ਰੀਏਟ ਕਰੋਗੇ ਤਾਂ ਮਿਲਣਗੀਆਂ ਨਾ ਜੀ? ਹਾਂਜੀ, ਨੌਕਰੀ ਕਿੱਥੋਂ ਕਰਨੀ ਆ? ਇਹ ਜਿਹੜੀ ਆ ਇਹ ਆਮ ਆਦਮੀ ਪਾਰਟੀ ਦੀ ਸ਼ੁਰੂ ਤੋਂ ਇਹ ਸੋਚ ਆ ਕਿ ਅਸੀਂ ਬਾਹਰਲੀਆਂ ਕੰਪਨੀਆਂ ਨੂੰ ਜਿਹੜੀਆਂ ਅੱਗੇ ਸਾਡੇ ਸੀਗੀਆਂ ਜਲੰਧਰ 'ਚ ਖੇਡ ਕੰਪਨੀਆਂ ਤੋਂ ਜਲੰਧਰ ਮਸ਼ਹੂਰ ਸੀਗਾ, ਅਤੇ ਹੋਰ ਵੀ ਕਿੰਨੀਆਂ ਸਾਡੇ ਇੰਡਸਟਰੀ ਸੀਗੀਆਂ ਲੁਧਿਆਣਾ ਜੋ ਹੁਣ ਸਾਨੂੰ ਉਹ ਦਿਖਦੀਆਂ ਨਹੀਂ, ਉਹ ਸਾਰੀਆਂ ਪੰਜਾਬ ਨੱਸ ਕੇ ਬਾਹਰ ਜਾ ਚੁੱਕੀਆਂ। ਕਿਉਂ? ਕਿਉਂਕਿ ਉੱਥੇ ਉਹਨਾਂ ਦਾ ਬਿਜ਼ਨਸ ਨਹੀਂ ਚੱਲਦਾ, ਅਤੇ ਜਦੋਂ ਅਸੀਂ ਉਹਨਾਂ ਸਾਰੀਆਂ ਕੰਪਨੀਜ਼ ਨੂੰ ਇੱਥੇ ਪ੍ਰਮੋਟ ਕਰਾਂਗੇ, ਉਹਨਾਂ ਨੂੰ ਦੱਸਾਂਗੇ, ਉਹਨਾਂ ਦੇ ਰਾਹ ਖੁੱਲ੍ਹਣਗੇ, ਅਤੇ ਜੌਬ ਆਪਣੇ ਆਪ ਮਤਲਬ ਵਧਣਗੀਆਂ, ਜੌਬ ਦੇ ਆਸਾਰ ਵਧਣਗੇ। ਇਹਨੂੰ ਤੁਸੀਂ ਮੈਨੀਫੈਸਟੋ ਦਾ ਹਿੱਸਾ ਵੀ ਬਣਾਇਆ? ਮੈਂ ਹਾਂਜੀ, ਹਰੇਕ ਵਰਗ ਦੇ ਨਾਲ ਇਹਦੇ ਨਾਲ ਹੀ ਲੱਗਦਾ। ਇਹ ਤੋਂ ਪਹਿਲਾਂ ਕਿ ਮੈਂ ਸਾਚੀ ਕੋਲ ਵਾਪਸ ਜਾਵਾਂ, ਮੰਨ ਲਓ ਤੁਹਾਡੀ ਸਰਕਾਰ ਆ ਗਈ ਸਿਮ ਜੀ, ਹਨੀਮੂਨ ਪੀਰੀਅਡ ਜਿਹੜਾ ਉਹ ਬਹੁਤ ਜਲਦੀ ਖਤਮ ਹੋ ਜਾਣਾ, ਜਿਹੜੇ ਬਜ਼ੁਰਗ ਨੇ
ਵੱਡੀ ਉਮਰ ਵਾਲੇ ਨੇ ਪੁਰਾਣੇ ਨੇ ਉਹਨਾਂ 'ਚ ਥੋੜ੍ਹੀ ਸਹਿਣਸ਼ੀਲਤਾ ਹੁੰਦੀ ਹੈ, ਦੇ ਵਿਲ ਵੇਟ, ਉਹ ਸਾਲ ਵੀ ਤੁਹਾਨੂੰ ਦੇ ਦੇਣਗੇ। ਪਰ ਜਿਹੜਾ ਯੂਥ ਹੈ ਜਿਹਨੇ ਰੈਵੋਲਿਊਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ, ਐਟ ਪ੍ਰੈਜੈਂਟ ਆਈ ਵੁੱਡ ਸੇ ਦੈਟ 11 ਤੋਂ ਬਾਅਦ ਆਪਾਂ ਕਹਿ ਦਾਂਗੇ ਹੈਗਾ, ਦੇ ਵਾਂਟ ਚੇਂਜਿਸ ਐਂਡ ਦੇ ਵਾਂਟ ਦੈਮ ਕੁਇਕ। ਉਹ ਇੰਨੀ ਕੁਇਕਨੈਸ ਤੁਸੀਂ ਕਿੱਥੋਂ ਦਿਖਾਓਗੇ? ਨਹੀਂ ਇਹ ਤਾਂ ਮਤਲਬ ਤੁਸੀਂ ਹੁਣ 1947 ਤੋਂ ਪੰਜਾਬ ਨੂੰ ਖਾਂਦੇ ਆ ਰਹੇ ਆ ਦੋ ਪਾਰਟੀਆਂ ਵੰਡ ਕੇ, ਅਤੇ ਜਦੋਂ ਹੁਣ ਬਿਲਕੁਲ ਪੰਜਾਬ ਕਹਿ ਲਓ ਉਹ ਭਰਨੇ ਭਾਰ ਡਿੱਗ ਗਿਆ ਆ, ਪੰਜਾਬ ਹੁਣ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਰਿਹਾ, ਅਤੇ ਉਦੋਂ ਤੁਸੀਂ ਕਹਿ ਰਹੇ ਆ ਵੀ ਤੁਸੀਂ ਕੁਇਕ ਰਿਸਪੋਂਸ ਭਾਲਦੇ ਆ, ਸੋ ਇੰਨੀ ਛੇਤੀ ਤਾਂ ਇਹ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ, ਇਹਨੂੰ ਵੀ ਥੋੜ੍ਹਾ ਟਾਈਮ ਲੱਗਣਾ ਆ। ਟਾਈਮ ਲੱਗਣਾ, ਹਾਂਜੀ। ਸੋ ਆਈ ਐਮ ਸ਼ੋਰ ਕਿ ਤੁਹਾਡੀ ਪਾਰਟੀ ਨੇ ਇਸ ਚੀਜ਼ ਬਾਰੇ ਪਹਿਲਾਂ ਹੀ ਸੋਚਿਆ। ਹਾਂਜੀ, ਹਾਊ ਟੂ ਕੀਪ ਦੈਮ ਇੰਟੈਕਟ ਵਿਦ ਦ ਪਾਰਟੀ ਲਾਈਨ। ਇਹ ਸਾਰਾ ਪਲਾਨ ਹੋਇਆ ਹੋਇਆ ਆ ਕਿ ਅਸੀਂ ਕਿੱਦਾਂ ਹਰ ਇੱਕ ਫੀਲਡ ਨੂੰ, ਕਿਸਾਨੀ ਤੋਂ ਲੈ ਕੇ ਜਵਾਨੀ ਤੋਂ ਲੈ ਕੇ ਇੰਡਸਟਰੀ ਤੋਂ ਲੈ ਕੇ, ਅਸੀਂ ਕਿੱਦਾਂ ਉਹਨੂੰ ਫਿਰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਆ ਤਾਂ ਕਿ ਉਹ ਪੰਜਾਬ ਆਪਣੇ ਪੈਰਾਂ 'ਤੇ ਫਿਰ ਖੜ੍ਹਾ ਹੋ ਸਕੇ, ਉਹ ਫਿਰ ਤੋਂ ਰੰਗਲਾ ਪੰਜਾਬ ਹੋ ਜਾਵੇ। ਮੈਂ ਚਾਰ ਲਾਈਨਾਂ ਕਹੂੰਗੀ। ਕਦੇ ਹੁੰਦੀਆਂ ਸੀ ਪੰਜਾਬ ਮੇਰੇ ਦੀਆਂ ਗੱਲਾਂ, ਕਦੇ ਉਹ ਵੀ ਵੇਲਾ ਸੀ ਜਦੋਂ ਹੁੰਦੀਆਂ ਸੀ ਗੱਲਾਂ, ਕਦੇ ਉਹ ਵੀ ਵੇਲਾ ਸੀ ਜਦੋਂ ਹੁੰਦੀਆਂ ਸੀ ਗੱਲਾਂ, ਸਾਡੇ ਯੂਥ ਨੇ ਖੇਡਾਂ ਵਿੱਚ ਮਾਰੀਆਂ ਸੀ ਮੱਲਾਂ, ਸਾਡਾ ਕਿਸਾਨ ਵੀ ਆਬਾਦ ਸੀ ਪੰਜਾਬ ਮੇਰੇ ਦਾ, ਕਿਸਾਨ ਵੀ ਆਬਾਦ ਸੀ ਪੰਜਾਬ ਮੇਰੇ ਦਾ, ਪਰ ਇਹਨਾਂ ਪੱਤਾ ਪੱਤਾ ਕਰਤਾ ਗੁਲਾਬ ਮੇਰੇ ਦਾ, ਇਹਨਾਂ ਪੱਤਾ ਪੱਤਾ ਕਰਤਾ ਗੁਲਾਬ ਮੇਰੇ ਦਾ, ਪੰਜਾਬ ਮੇਰੇ ਦਾ। ਕੀ ਬਾਤ ਸਰ, ਤੁਸੀਂ ਤੁਹਾਡੇ ਵੱਲ ਨੂੰ ਇਸ਼ਾਰਾ ਕਿ ਤੁਸੀਂ ਰਾਜ ਕਰਦਾ ਸਭ ਤੋਂ ਪੁਰਾਣੀ ਪਾਰਟੀ ਹੈ, ਕੀ ਕੀ ਜਵਾਬ ਦੇਣਾ ਦੱਸੋ ਵੀ ਤੁਸੀਂ? ਸ਼ੀ ਸੇਇੰਗ ਦੈਟ ਯੂ ਆਰ ਪਾਰਟ ਆਫ ਦ ਪ੍ਰੋਬਲਮ, ਬੋਲੋ। ਮੈਂ ਤਾਂ ਪਹਿਲਾਂ ਤਾਂ ਥੋੜ੍ਹਾ ਜਿਹਾ ਨਾ ਪੰਜਾਬ ਤੋਂ ਦੂਰ ਦਿੱਲੀ ਵੱਲ ਜਾਣਾ ਚਾਹੁੰਦਾ ਵਾਂ। ਪਹਿਲੀ ਗੱਲ ਤਾਂ ਇਹ ਕਿ ਦਿੱਲੀ 'ਚ ਵੀ ਨਵੀਂ ਪਾਰਟੀ ਬਣੀ ਤੁਹਾਡੀ, ਬਹੁਤ ਵਾਅਦੇ ਕੀਤੇ, 1.5 ਲੱਖ ਦੇ ਵਿੱਚੋਂ 150 CCTV ਕੈਮਰਾ ਮੈਨੂੰ ਕਿਤੇ ਨਹੀਂ ਵਿਖਿਆ, ਨਾ ਮੈਂ ਸੁਣਿਆ ਵਾ ਕਿ ਉੱਥੇ ਲੱਗ ਚੁੱਕਾ ਹੋਏਗਾ। ਪਹਿਲੀ ਗੱਲ ਇਹ। ਦੂਜੀ ਗੱਲ ਕਿ ਕੁਇਕ ਰਿਸਪੋਂਸ ਦੀ ਗੱਲ ਆ, ਜਿੱਦਾਂ ਕੈਪਟਨ ਸਾਹਿਬ ਨੇ ਸਾਰੀ ਗੱਲ ਕੀਤੀ ਹੋਈ ਆ ਕਿ ਇੱਕ ਮਹੀਨਾ ਉਹਨਾਂ ਨੂੰ ਇੱਕ ਮਹੀਨਾ ਜਾਂ ਕੁਛ 25 ਦਿਨ ਮੇਰੇ ਖਿਆਲ ਨਾਲ ਕਿ ਉਹਦੇ ਦੇ ਵਿੱਚ ਨਸ਼ੇ 'ਤੇ ਬਹੁਤ ਜ਼ਿਆਦਾ ਰੋਕ ਲਾਈ ਚੁੱਕੀ ਜਾਵੇਗੀ। ਅਤੇ ਸਾਡੇ ਜਿੱਦਾਂ ਇਲੈਕਸ਼ਨ ਚੱਲ ਰਹੀ ਸੀ, ਨਾਲ ਨਾਲ ਜਿੱਦਾਂ ਕੰਪੇਨਿੰਗ ਹੋ ਰਹੀ ਸੀ, ਨਾਲ ਨਾਲ ਹੀ ਸਾਰੇ ਫੋਰਮ ਭਰੇ ਗਏ ਨੇ, ਲਾਈਕ ਸਮਾਰਟਫੋਨ ਦੀ ਐਕਸੈਸ ਹੋ ਗਈ ਸਾਰਿਆਂ ਨੂੰ, ਅਤੇ ਇੰਟਰਨੈਟ ਮਿਲੇਗਾ ਸਾਰਿਆਂ ਨੂੰ, ਜੋਬ ਓਪਰਚੁਨਿਟੀਜ਼ 'ਤੇ ਜਿੱਦਾਂ ਲਾਈਕ ਜਿੱਥੇ ਜਿੱਥੇ ਜੋਬ ਨਿਕਲੂਗੀ ਉਹ ਸਭ ਕੁਛ ਮਿਲੇਗਾ। ਬਾਕੀ ਰਹਿ ਗਈ ਗੱਲ ਕਿ ਲਾਈਕ ਇੰਡਸਟਰੀ ਲਿਆਉਣ ਦੀ, ਸਭ ਕੁਛ ਕਰਨ ਦੀ, ਜਦੋਂ ਕਾਂਗਰਸ ਸੀ ਉਹ ਜੇ ਕਿਸਾਨ ਦਾ ਝੋਨਾ ਜਿਹੜਾ ਸੀ 4,000 ਨੂੰ ਕੁਇੰਟਲ ਜਾਂਦਾ ਸੀ, ਉਹ ਹੁਣ ਆ ਗਿਆ 1,300 'ਤੇ, ਠੀਕ ਆ। ਇਹ ਗੱਲ 'ਤੇ ਮੈਂ ਥੋੜ੍ਹਾ ਜਿਹਾ ਅਕਾਲੀ ਦਲ BJP ਵੱਲ ਜਾਂਦਾ ਕਿ ਜਦੋਂ ਕਿਸਾਨ ਕੋਲ ਝੋਨਾ ਚੁੱਕ ਲਿਆ ਉਹਨਾਂ ਨੇ 1,300 ਰੁਪਈਏ ਦਾ, ਠੀਕ ਆ, ਜਦੋਂ ਆੜ੍ਹਤੀ ਕੋਲ ਗਿਆ, ਅੱਗੇ ਸ਼ੈਲਰਾਂ 'ਚ ਗਿਆ, ਵੱਡੀਆਂ ਮੱਛੀਆਂ ਕੋਲ ਜਾਂਦਾ ਗਿਆ, ਠੀਕ ਆ, ਮੁੜ ਕੇ ਉਹਨਾਂ ਨੇ ਖੋਲ੍ਹਤਾ ਵੀ ਸੇਲ ਖੁੱਲ੍ਹ ਗਈ, ਫਿਰ ਪਹੁੰਚ ਗਿਆ ਉਹ 3,300 'ਤੇ। ਇੱਥੋਂ ਪਤਾ ਲੱਗਦਾ ਵਾ ਕਿ ਕਿਸਾਨ ਦਾ ਗਲ ਘੁੱਟ ਕੇ ਇਹ ਬਾਦਲ ਪਰਿਵਾਰ ਆਪਣਾ ਘਰ ਭਰ ਰਿਹਾ ਵਾ, ਠੀਕ ਹੈ। ਇੱਦਾਂ ਐਵੇਂ ਨਹੀਂ ਸੁੱਖ ਵਿਲਾਸ ਜੇ ਵੋ ਚੰਡੀਗੜ੍ਹ 'ਚ ਖੋਲ੍ਹੇ ਜਾਂਦੇ, ਜਿਹਨਾਂ ਦਾ ਇੱਕ ਦਿਨ ਰਹਿਣ ਦਾ ਕਿਰਾਇਆ 7-7 ਲੱਖ ਰੁਪਈਆ ਵਾ। ਤੁਸੀਂ ਵੀ ਬੇਸਿਕਲੀ ਉਸੇ ਖੇਤਰ ਵੱਲ ਨੂੰ ਜਾ ਰਹੇ ਹੋ ਕਿ ਜੋਬਸ ਕ੍ਰੀਏਟ ਕਰਨੇ ਆ ਜਿਹੜੀਆਂ ਪੰਜਾਬ 'ਚੋਂ ਬਾਹਰ ਗਈਆਂ, ਹਾਂਜੀ। ਇਹ ਵੀ ਉਹ ਗੱਲ ਕਹਿੰਦੇ ਨੇ। ਇੱਕ ਗੱਲ ਤੈਅ ਹੈ ਕਿ ਇਸ ਇਲੈਕਸ਼ਨ ਨੇ ਖਾਸ ਕਰਕੇ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਮੈਦਾਨ ਵਿੱਚ ਕੁੱਦਣ ਦੇ ਬਾਅਦ ਤੁਹਾਡੀ ਪਾਰਟੀ ਨੂੰ ਇਸ ਮੋੜ 'ਤੇ ਖੜ੍ਹਾ ਕਰਤਾ ਕਿ ਅਗਰ ਤੁਸੀਂ ਜਿੱਤਦੇ ਹੋ ਜਾਂ ਅਕਾਲੀ ਦਲ ਬਾਦਲ ਜਿੱਤਦਾ, ਉਹਨਾਂ ਨੂੰ ਪਰਫੋਰਮ ਕਰਨਾ ਹੀ ਪੈਣਾ। ਹਾਂਜੀ। ਔਰ ਸਭ ਤੋਂ ਵੱਡੀ ਗੱਲ ਸਿੰਘ ਜੀ ਇਹ ਹੈ ਕਿ ਤੁਹਾਡੀ ਪਾਰਟੀ ਕੋਲ ਤਾਂ ਚੋਇਸ ਹੀ ਹੈ ਨਹੀਂ, ਦੇ ਕੈਨ ਸਰਵਾਈਵ ਅਗਰ ਘੱਟ ਵੱਧ ਕਰ ਗਏ, ਕਿਉਂਕਿ ਤੁਹਾਡੇ ਕੋਲ ਇਹ ਪਹਿਲਾ ਫੁੱਲ ਸਟੇਟ ਗਵਰਨ ਕਰਨ ਨੂੰ ਮਿਲੇਗਾ। ਮੈਂ ਤੁਹਾਡੀ ਗੱਲ ਨਾਲ ਐਗਰੀ ਨਹੀਂ ਕਰਦੀ, ਕਿਉਂਕਿ ਜਿਵੇਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਦਿੱਲੀ 'ਚ ਮਤਲਬ ਆਮ ਆਦਮੀ ਪਾਰਟੀ ਨੇ ਤਰੱਕੀ ਨਹੀਂ ਕੀਤੀ, ਸ਼ਾਇਦ ਉਹ ਅਖਬਾਰਾਂ ਨਹੀਂ ਪੜ੍ਹਦੇ, ਜਾਂ ਅਖਬਾਰਾਂ ਵੀ ਅੱਜ ਕੱਲ੍ਹ ਕਹਿ ਲਓ ਇੱਕ ਮਤਲਬ ਉਹ ਨਿਦਾਰੇ 'ਚ ਰਹਿ ਗਈਆਂ ਕਿ ਉਹਦੇ 'ਚ ਚੰਗੀ ਖਬਰ ਦਿਖਾਈ ਨਹੀਂ ਜਾਂਦੀ, ਮੀਡੀਆ ਸਾਰਾ ਜਿਹੜਾ ਉਹ ਵਿਕਿਆ ਹੋਇਆ ਆ। ਅਤੇ ਇਹਨਾਂ ਨੂੰ ਜੇ ਇਹਨਾਂ ਨੂੰ ਮੌਕਾ ਮਿਲੇ ਤਾਂ ਤੁਸੀਂ ਦਿੱਲੀ ਜਾਓ ਅਤੇ ਦੇਖੋ ਉੱਥੇ ਮੁਹੱਲਾ ਕਲੀਨਿਕ ਜਿਹੜਾ ਕਹਿ ਲਓ ਉਹ ਇੰਨੀਆਂ ਮਤਲਬ ਜਿੰਨੇ ਗਰੀਬ ਲੋਕ ਸੀਗੇ ਉਹ ਝੁੱਗੀਆਂ 'ਚ ਰਹਿੰਦੇ ਸੀ, ਉਹਨਾਂ ਕੋਲ ਕੋਈ ਖਾਣ ਦਾ ਨਹੀਂ ਸੀ, ਅਤੇ ਉਹਨਾਂ ਸਾਰਿਆਂ ਨੂੰ ਮਤਲਬ ਇੱਕ ਕਲੀਨ ਮਾਹੌਲ ਦਿੱਤਾ ਗਿਆ ਇੱਕ, ਅਤੇ
ਗੌਰਮੈਂਟ ਜਿਹੜੇ ਸਰ ਉੱਥੇ ਸਰਕਾਰੀ ਹਸਪਤਾਲ ਨੇ ਉਹ ਇੰਨੇ ਕੁ ਵਧੀਆ ਆ ਕਿ ਪ੍ਰਾਈਵੇਟ ਹਸਪਤਾਲ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਅਤੇ ਉੱਥੇ ਵੀ ਸਕੂਲਾਂ ਦੀ ਗੱਲ ਕਰੀਏ ਤਾਂ ਦਿੱਲੀ 'ਚ ਸਕੂਲ ਵੀ ਗੌਰਮੈਂਟ ਸਕੂਲ ਜਿਹੜੇ ਆ ਉਹ ਬੜੇ ਮਤਲਬ ਹਾਈ ਸਟੈਂਡਰਡ ਦੇ ਆ ਕਿ ਪ੍ਰਾਈਵੇਟਾਂ ਤੋਂ ਛੱਡ ਕੇ ਲੋਕ ਸਰਕਾਰੀ ਸਕੂਲਾਂ 'ਚ ਭੇਜ ਰਹੇ ਆ ਬੱਚਿਆਂ ਨੂੰ। ਅਤੇ ਬਾਕੀ ਜਿਹੜਾ ਇਹ ਕਹਿੰਦੇ ਨੇ ਨਾ ਕਿ ਵੀ ਉਹ ਨਹੀਂ ਕਰ ਸਕੇ, ਜੇ ਉਹ ਕਿਸੇ ਪਾਸਿਓਂ ਥੋੜ੍ਹੇ ਘੱਟ ਰਹਿ ਗਏ ਤਾਂ ਉਹ ਇਸ ਕਰਕੇ ਕਿ ਸੈਂਟਰ 'ਚ ਜਿਹੜਾ ਆ ਉਹ ਦਬਾ ਮਤਲਬ ਪੂਰਾ ਕਹਿ ਲਓ ਸੈਂਟਰ ਦੇ ਅੰਡਰ ਹੈ ਸਾਰਾ ਕੁਛ। ਅਤੇ ਉਹ ਤਾਂ ਵੀ ਰੀਜ਼ਨ ਆ ਕਿ ਉਹ ਸਾ ਜੋ ਉਹ ਕਰਨਾ ਚਾਹੁੰਦੇ ਨੇ ਉਹ ਕਰ ਨਹੀਂ ਪਾ ਰਹੇ। ਸਹਿਜਨ ਜੀ, ਤੁਹਾਡੀ ਪਾਰਟੀ 'ਤੇ ਇੱਕ ਜਿਹੜਾ ਕਰੰਟ ਮੁੱਦਾ ਐਸ ਓ ਐਲ ਸਭ ਤੋਂ ਜਮਣਾ ਲਿੰਕ ਜਿਹੜੀ ਨਹਿਰ, ਉਹਦਾ ਲੱਗਦਾ ਕਿ ਕਾਂਗਰਸ ਦੀ ਇਹ ਦੇਣ ਹੈ ਔਰ ਪੰਜਾਬ, ਤੁਸੀਂ ਗੱਲ ਕੀਤੀ ਹੈ ਐਗਰੀਕਲਚਰ ਦੀ, ਬੀਂਗ ਐਨ ਐਗਰੀਕਲਚਰ ਸਟੇਟ ਪਾਣੀ ਦੀ ਬਹੁਤ ਘਾਟ ਹੈ, ਪਾਣੀ ਦਾ ਜਿਹੜਾ ਮੁੱਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਸ਼ੂ ਹੈ, ਫਿਊਚਰ ਪੰਜਾਬ ਤੋਂ ਡਿਪੈਂਡ ਕਰਦਾ, ਉਹਦੇ ਉੱਤੇ ਤੁਹਾਡੀ ਪਾਰਟੀ ਕਿੰਨੀ ਸਿੰਸੀਅਰ ਹੈ? ਕਿਉਂਕਿ ਮੈਂ ਆਪਣੇ ਵਿਊਜ਼ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜਦੋਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਿਮਰਨ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਉਸ ਨਹਿਰ ਨੂੰ ਭਰਨ ਜਾਂਦੀ ਹੈ ਤਾਂ ਉਹਨੂੰ ਕਿਹਾ ਜਾਂਦਾ ਕਿ ਇਹ ਇੱਕ ਪੋਲੀਟੀਕਲ ਸਟੰਟ ਹੈ। ਪਰ ਉਹੀ ਪਾਰਟੀ ਤੁਹਾਡੀ ਐਸ ਵਾਈ ਐਲ ਨੂੰ ਭਰਨ ਨੂੰ ਤਿਆਰ ਹੈ ਔਰ ਉਸ ਇੱਕ ਬੂੰਦ ਪਾਣੀ ਨਾ ਬਾਹਰ ਦੇਣ ਦੀ ਗੱਲ ਕਰਦੀ ਹੈ। ਵਿਊਰਸ ਕਿਵੇਂ ਇਸ ਚੀਜ਼ ਨੂੰ ਮੰਨ ਲੈਣ ਕਿ ਐਸ ਵਾਈ ਐਲ ਜਿਹੜੀ ਨਹਿਰ ਹੈ ਨਹੀਂ ਨਿਕਲੇਗੀ ਅਗਰ ਤੁਹਾਡੀ ਸਰਕਾਰ ਹੁੰਦੀ ਹੈ? ਪਹਿਲੀ ਗੱਲ ਤਾਂ ਇਹ ਕਿ ਗੱਲਾਂ ਬਹੁਤ ਕਰਦੇ ਨੇ ਜਿੰਨਾ ਵੀ ਮਿਨਿਸਟਰੀ ਆ, ਐੱਮ ਐੱਲ ਏ, ਸਾਰਾ ਕੁਛ ਆ, ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਸੀ ਐੱਮ, ਉਦੋਂ ਮੇਰੇ ਹਿਸਾਬ ਨਾਲ ਸੀ ਐੱਮ ਏ ਸੀਗੇ ਕੈਪਟਨ ਸਾਹਿਬ, ਉਹਨਾਂ ਨੇ ਅਸਤੀਫਾ ਦੇਣ ਤੱਕ ਤਿਆਰ ਸੀ। ਹੁਣ ਐੱਸ ਵਾਈ ਐੱਲ ਦੇ ਮੁੱਦੇ 'ਤੇ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਵੱਲੋਂ ਉਹਨਾਂ ਨੇ ਅਸਤੀਫਾ ਦਿੱਤਾ ਕਿ ਇਹ ਨਹੀਂ ਜਾਣੀ ਚਾਹੀਦੀ। ਉੱਤੋਂ ਰਹਿ ਗਈ ਕਿ ਲਾਈਕ ਗੱਲਾਂ ਕਰਨ ਦੀ ਗੱਲ, ਹਰ ਕੋਈ ਚਾਹੁੰਦਾ ਵਾ ਆਪਣੀ ਗੱਲ ਤਾਂ ਪਾਰਟੀ ਦੀ ਹਰ ਕੋਈ ਕਰਦਾ, ਆਮ ਆਦਮੀ ਤਾਂ ਆਉਂਦਾ ਮੈਂ। ਪਹਿਲਾਂ ਕੇਜਰੀਵਾਲ ਸਾਹਿਬ ਨੇ ਦਿੱਲੀ 'ਚ ਕਿਹਾ ਸੀ ਕਿ ਪੰਜਾਬ ਦੇ ਪਾਣੀਆਂ 'ਤੇ ਦਿੱਲੀ ਅਤੇ ਹਰਿਆਣੇ ਦੋਵਾਂ ਦਾ ਹੱਕ ਆ, ਠੀਕ ਆ। ਜਦੋਂ ਆ ਗਏ ਉਹ ਪੰਜਾਬ ਦੇ ਵਿੱਚ, ਫਿਰ ਉਹ ਕਹਿਣ ਡਿਆ ਪਏ ਕਿ ਪੰਜਾਬ 'ਚੋਂ ਇੱਕ ਬੂੰਦ ਪਾਣੀ ਨਹੀਂ ਜਾਣਾ ਚਾਹੀਦਾ ਬਾਹਰ, ਪੰਜਾਬ 'ਚ ਤਾਂ ਪਹਿਲਾਂ ਹੀ ਪਾਣੀ ਥੋੜ੍ਹਾ ਆ। ਲਾਈਕ ਫਿਰ ਆ ਲਾਈਕ ਜਿਹੜਾ ਆ ਕਰੈਕਟਰ ਆ 50-50% ਵਾਲਾ, ਇਹ ਥੋੜ੍ਹਾ ਜਦ ਕਲੀਅਰ ਕਰ ਦੇਣ ਕਿ ਉਹ ਕਿਹੜੇ ਪਾਸੇ ਨੇ। ਨਹੀਂ, ਉਹ ਜਿੱਥੇ ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲ ਕਰਦੇ ਆ, ਜਦੋਂ ਉਹ ਦਿੱਲੀ ਦੇ CM ਨੇ ਤਾਂ ਉਹਨਾਂ ਨੇ ਉਸ ਪੱਖ ਨਾਲ ਗੱਲ ਕਰ ਰਹੇ ਆ, ਪਰ ਪੰਜਾਬ 'ਚ ਇਹ ਨਹੀਂ ਹੈਗਾ ਕਿ ਕੇਜਰੀਵਾਲ ਪੰਜਾਬ 'ਚ ਰੂਲ ਕਰਨਗੇ, ਪੰਜਾਬ 'ਚ ਸਾਡਾ CM ਪੰਜਾਬੀ ਬਣੂਗਾ ਅਤੇ ਅਸੀਂ ਜਿਵੇਂ ਅਸੀਂ ਚਾਹਵਾਂਗੇ ਅਸੀਂ ਉਵੇਂ ਪੰਜਾਬ ਸਾਡਾ ਚਲਾਵਾਂਗੇ। ਅਤੇ ਕਾਂਗਰਸ ਦਾ ਮਤਲਬ ਜਿਵੇਂ ਦੇਣ ਇਹ ਐੱਸ ਵਾਈ ਐੱਲ ਦੇਣ ਕਾਂਗਰਸ ਦੀ ਆ, ਇਹਨਾਂ ਨੀਂਹ ਪੱਥਰ ਉਹਦੇ ਨਾਲ ਚਾਂਦੀ ਦੀ ਕਹੀ ਦੇ ਨਾਲ ਇੰਦਰਾ ਗਾਂਧੀ ਦੇ ਨਾਲ ਮਿਲ ਕੇ ਇਹਨਾਂ ਨੇ ਨੀਂਹ ਪੱਥਰ ਰੱਖਿਆ, ਅਤੇ ਅਕਾਲੀ ਦਲ ਨੇ ਵੀ ਉਨ੍ਹਾਂ ਹੀ ਵਿੱਚ ਭਾਗ ਲਿਆ ਕਿ ਉਹ ਸਾਰੀ ਜ਼ਮੀਨ ਅਕਾਲੀ ਦਲ ਨੇ ਚੌਟਾਲਾ ਸਾਹਿਬ ਉਹਨਾਂ ਨਾਲ ਰਲ ਕੇ ਉਹ ਜਿਹੜੀ ਜ਼ਮੀਨ ਅਗਵਾ ਕੀਤੀ। ਅਤੇ ਹੁਣ ਇਹ ਗੱਲਾਂ ਕਰਦੇ ਨੇ, ਹੁਣ ਪੋਲੀਟਿਕਸ ਮਤਲਬ ਜਿੰਨਾ ਨੇੜੇ ਆ ਗਏ, ਹੁਣ ਚੋਣਾਂ ਨੇੜੇ ਆਈਆਂ ਤਾਂ ਇਹਨਾਂ ਨੇ ਉਹ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਅਸੀਂ ਪੰਜਾਬ ਦਾ ਪਾਣੀ ਨਹੀਂ ਜੀ ਦੇਣਾ। ਪਰ ਜੇ ਉਹ ਸ਼ੁਰੂ ਹੀ ਨਾ ਹੁੰਦਾ ਤਾਂ ਇੱਥੇ ਤੱਕ ਗੱਲ ਹੀ ਨਾ ਪਹੁੰਚਦੀ। ਇਹ ਤਾਂ ਹੋ ਜਾਂਦੀ ਆ ਦੂਰ ਲੀਡਰਸ਼ਿਪ ਦੀ ਗੱਲ। ਇੰਦਰਾ ਗਾਂਧੀ ਜੀ ਜਿੱਦਾਂ ਗੱਲਾਂ ਗਈਆਂ, ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਵੀ ਅਸਤੀਫਾ ਦਿੱਤਾ ਸੀ ਐੱਸ ਵਾਈ ਐੱਲ 'ਤੇ, ਕਿਉਂਕਿ ਉਹ ਪੰਜਾਬ ਦੇ ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ ਨੂੰ ਐਵੇਂ ਨਹੀਂ ਕਿਹਾ ਜਾਂਦਾ, ਉਹਨਾਂ ਨੇ ਕੀਤਾ ਸੀ ਐੱਸ ਵਾਈ ਐੱਲ ਲਈ। ਸਾਰੇ ਜਿੰਨੇ ਪੋਲੀਟੀਕਲ ਲੀਡਰ ਆ ਕਿਉਂ ਲੜਦੇ ਫਿਰਦੇ ਆ? ਕੁਰਸੀ ਲਈ, ਹਰ ਕੁਰਸੀ ਲਈ। ਉਸ ਇਨਸਾਨ ਨੇ ਸਿਰਫ ਆਪਣੇ ਪੰਜਾਬ ਦੇ ਪਾਣੀ ਬਚਾਉਣ ਲਈ, ਪੰਜਾਬ ਨੂੰ ਬਚਾਉਣ ਲਈ ਆਪਣੀ ਕੁਰਸੀ ਛੱਡ ਕੇ ਕੁਰਸੀ ਦਾਅ 'ਤੇ ਲਾ ਦਿੱਤੀ। ਇਹਦੇ ਤੋਂ ਵੱਧ ਕੀ ਹੋ ਸਕਦਾ? ਬਿੱਲ ਪਾਸ ਕਰਦਾ। ਸਾਡਾ ਇਸ ਪ੍ਰੋਗਰਾਮ ਦਾ ਸਮਾਂ ਬਹੁਤ ਸੀਮਿਤ ਹੈ ਜੀ। ਇੱਕ ਤਾਂਘ ਸੀ ਸਾਡੀ ਪੂਰੀ ਟੀਮ ਦੀ ਕਿ ਅਸੀਂ ਆਪਣਾ ਯੂਥ ਲੈ ਕੇ ਤੁਹਾਡੇ ਰੂਰ ਕਰੀਏ ਕਿ ਇਹ ਕੀ ਫੀਲ ਕਰਦੇ ਨੇ, ਇਹ ਕਿਸ ਤਰੀਕੇ ਤੱਕ ਇੱਥੇ ਬੈਠੇ ਵੀ ਆਪਣੀ ਪੰਜਾਬ ਦੀ ਜਿਹੜੀ ਜ਼ਮੀਨ ਹੈ, ਮਿੱਟੀ ਹੈ, ਉੱਥੇ ਦੇ ਪੰਜਾਬੀ ਭੈਣ ਭਰਾ ਨੇ, ਬਜ਼ੁਰਗ ਨੇ, ਉਹਨਾਂ ਕਿਵੇਂ ਜੁੜੇ ਹੋਏ ਨੇ। ਔਰ ਜਿਹੜੀ ਗੱਲ ਆਪਾਂ ਬਾਰ ਬਾਰ ਕਹਿੰਦੇ ਹਾਂ ਕਿ ਯੂਥ ਨੂੰ ਅੱਗੇ ਆਉਣਾ ਚਾਹੁੰਦਾ, ਅਸੀਂ ਇਹੀ ਅੱਜ
ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਯੂਥ ਨੂੰ ਅੱਗੇ ਲੈ ਕੇ ਆਈਏ। ਔਰ ਮੈਨੂੰ ਉਮੀਦ ਹੈ ਕਿ ਇਹਨਾਂ ਦੋਨਾਂ 'ਚੋਂ ਹੀ 11 ਤਰੀਕ ਤੋਂ ਬਾਅਦ ਜਦੋਂ ਰਿਜ਼ਲਟ ਆਉਣਾ ਹੈ, ਇੱਕ ਨੇ ਇਸ ਸੀਟ 'ਤੇ ਤਾਂ ਘੱਟ ਤੋਂ ਘੱਟ ਆਉਣਾ ਹੀ ਹੈ ਜਿਹੜਾ ਜਿੱਤਿਆ ਹੋਏਗਾ। ਪਰ ਉਮੀਦ ਕਰਦਾ ਕਿ ਤੁਹਾਡੇ ਦੋਨਾਂ 'ਚੋਂ ਜਿਹਦੀ ਵੀ ਪਾਰਟੀ ਹਾਰਦੀ ਹੈ ਉਹ ਵੀ ਇੱਥੇ ਪਹੁੰਚਣਗੇ ਤਾਂ ਜੋ ਆਪਾਂ ਉਹਨਾਂ ਨਤੀਜਿਆਂ 'ਤੇ ਇੱਕ ਝੱਕ ਮਾਰ ਸਕਾਂਗੇ। ਤਾਂ ਹਰ ਪੰਜਾਬੀ ਦੀ ਇਹੀ ਹੈ, ਦੁਨੀਆ ਦੇ ਕਿਸੇ ਕੋਨੇ 'ਚ ਬੈਠਾ, ਚਾਹੇ ਪੰਜਾਬ ਅਤੇ ਪੰਜਾਬ ਤੋਂ ਬਾਹਰ, ਕਿ ਇਨ ਦੀ ਐਂਡ ਵੀ ਵਾਂਟ ਪੰਜਾਬ ਟੂ ਵਿਨ। ਹਰ ਇਹੀ ਚਾਹੁੰਦਾ, ਮੈਂ ਵੀ ਇਹੀ ਚਾਹੁੰਦਾ ਕਿ ਪੰਜਾਬ ਜਿੱਤਣਾ ਚਾਹੀਦਾ, ਪੰਜਾਬ ਦੀ ਤਰੱਕੀ ਹੋਣੀ ਚਾਹੀਦੀ ਹੈ। ਕਿਉਂਕਿ ਜਦੋਂ ਸਾਡੇ 'ਚੋਂ ਇੱਕ ਜਣਾ ਹਿੱਲਦਾ, ਅੱਗੇ ਵੱਧਦਾ, ਤਾਂ ਉਹ ਸਾਰੇ ਅਸੀਂ ਮੂਵ ਕਰਦੇ। ਇਜ਼ ਅ ਸੇਇੰਗ ਗੋਜ਼, ਵੈਨ ਵਨ ਆਫ ਅਸ ਮੂਵ ਦੇਰ ਇਜ਼ ਮੂਵਮੈਂਟ ਫੋਰ ਆਲ ਆਫ ਅਸ। ਸੋ ਤਰੱਕੀ, ਪੰਜਾਬ ਦੀ ਤਰੱਕੀ ਸਾਡੀ ਸਾਰਿਆਂ ਤਰੱਕੀ ਹੈ। ਉਮੀਦ ਕਰਦਾ ਕਿ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਨੂੰ ਤੁਸੀਂ ਪਿਆਰ ਸਤਿਕਾਰ ਦੇ ਕੇ ਪੂਰਾ ਮਾਣ ਬਖਸ਼ੋਗੇ, ਪਸੰਦ ਕਰੋਗੇ, ਹੌਸਲਾ ਅਫਜਾਈ ਕਰੋਗੇ। ਇਸੇ ਤਰ੍ਹਾਂ ਆਪਣੇ ਇਸ ਟੀ ਵੀ ਮਾਈ ਵਰਲਡ ਵੈਬ ਟੀ ਵੀ ਦੇ ਨਾਲ ਜੁੜੇ ਰਹੋਗੇ। ਭੁੱਲਚੁੱਕ ਦੇ ਲਈ ਮੈਂ ਮਾਫ਼ੀ ਚਾਹੁੰਦਾ, ਇੱਕ ਵਾਰ ਫਿਰ ਤੁਹਾਡਾ ਦੋਨਾਂ ਦਾ ਧੰਨਵਾਦ ਕਰਦਾ ਹੁੰਦਾ ਜੀ। ਸੋ ਮਿਲ ਕੇ ਸਾਰਿਆਂ ਨੂੰ ਆਪਾਂ ਫਤਿਹ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। We'll be right back.